ਸਤਿ ਸ਼੍ਰੀ ਅਕਾਲ ਜੀ। ਅੱਜ ਦਾ ਮੁੱਦਾ ਇਸ ਪ੍ਰੋਗਰਾਮ ਦੇ ਵਿੱਚ ਨਾਰਥ ਅਮਰੀਕਾ ਦੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ। ਅੱਜ ਦੇ ਇਸ ਕਾਰਜਕ੍ਰਮ 'ਚ ਅਸੀਂ ਗੱਲ ਕਰਾਂਗੇ ਪੰਜਾਬ ਦੀ ਸਿਆਸਤ ਦੀ, ਪੰਜਾਬ ਦੀ ਸਿਆਸਤ ਦੇ ਨਾਲ ਜੁੜੇ ਉਸ ਮੁੱਦੇ ਦੀ ਜਿਹਦਾ ਸਰੋਕਾਰ ਪੂਰੇ ਪੰਜਾਬੀ ਭਾਈਚਾਰੇ ਦਾ ਹੈ। ਜਿਹੜੇ ਸਾਡੇ NRI ਭਰਾ ਸਾਨੂੰ ਇਹ ਪ੍ਰੋਗਰਾਮ ਸਾਡਾ ਦੇਖ ਰਹੇ ਨੇ, ਉਹ ਵੀ ਇਸ ਚੀਜ਼ ਨੂੰ ਲੈ ਕੇ ਬੜੇ ਕੰਸਰਨ ਹੋਣਗੇ, ਕਿਉਂਕਿ ਉਹਨਾਂ ਦਾ ਜਿਹੜਾ ਜੁੜਾਵ ਹੈ, ਉਹਨਾਂ ਦੇ ਜਿਹੜੇ ਇਮੋਸ਼ਨਸ ਨੇ, ਜਿਹੜੇ ਸੈਂਟੀਮੈਂਟਸ ਨੇ, ਉਹ ਪੰਜਾਬ ਦੇ ਨਾਲ ਜੁੜੇ ਨੇ, ਆਪਣੀ ਮਿੱਟੀ ਦੇ ਨਾਲ ਜੁੜੇ ਨੇ, ਔਰ ਉਹ ਪੰਜਾਬ ਦੀ ਪੋਲੀਟਿਕਸ ਅਤੇ ਪੰਜਾਬ ਦੇ ਵਿੱਚ ਰਾਜਨੀਤੀ 'ਚ ਜੋ ਕੁਛ ਵੀ ਉਤਾਰ ਚੜਾਵ ਆਉਂਦੇ ਨੇ ਉਹਨਾਂ 'ਤੇ ਬੜੀ ਪੈਨੀ ਨਜ਼ਰ ਰੱਖਦੇ ਨੇ। ਅਤੇ ਅਸੀਂ ਅੱਜ ਪੰਜਾਬ ਪੋਲੀਟਿਕਸ ਦੇ ਉੱਤੇ ਹੀ ਅੱਜ ਦਾ ਜਿਹੜਾ ਤਬਸਰਾ ਕਰਾਂਗੇ, ਅੱਜ ਦਾ ਵਿਚਾਰ ਕਰਾਂਗੇ, ਔਰ ਜਿਹੜੇ ਸਾਡੇ ਸੂਝਵਾਨ ਦਰਸ਼ਕ ਇਸ 'ਤੇ ਆਪਣੀ ਗੱਲ ਸਾਂਝੀ ਕਰਨਾ ਚਾਹੁੰਦੇ ਨੇ, ਕੀ ਸੋਚ ਰੱਖਦੇ ਨੇ, ਉਹ ਫੋਨ ਕਰਕੇ ਸਾਡੇ ਨਾਲ ਗੱਲ ਕਰ ਸਕਦੇ ਨੇ। ਜੇ ਅੱਜ ਗੱਲ ਕਰੀਏ ਪੰਜਾਬ ਦੀ ਸਿਆਸਤ ਦੀ, ਤਾਂ ਪੰਜਾਬ ਦੀ ਸਿਆਸਤ ਅੱਜ ਕਾਫੀ ਉਲਝੀ ਹੋਈ ਦਿਖਾਈ ਦਿੰਦੀ ਹੈ। ਤੁਹਾਨੂੰ ਇਹ ਦੱਸ ਦਈਏ ਕਿ ਬੇਅਦਬੀ ਦੇ ਮਾਮਲੇ ਨੂੰ ਲੈ ਕੇ ਪੰਜਾਬ ਦੀ ਸਿਆਸਤ ਪਿਛਲੇ ਕਈ ਮਹੀਨਿਆਂ ਤੋਂ ਉਲਝੀ ਹੋਈ ਹੈ, ਔਰ ਆਉਣ ਵਾਲੀ 7 ਅਕਤੂਬਰ ਨੂੰ ਤੁਸੀਂ ਤੁਹਾਨੂੰ ਪਤਾ ਹੋਏਗਾ ਕਿ ਲੰਬੀ ਦੇ ਵਿੱਚ ਜਿਹੜੀ ਪ੍ਰਕਾਸ਼ ਸਿੰਘ ਬਾਦਲ ਦਾ ਕੰਸਟੀਟੂਐਂਸੀ ਹੈ, ਉੱਥੇ ਕੈਪਟਨ ਅਮਰਿੰਦਰ ਸਿੰਘ ਰੈਲੀ ਕਰਨ ਜਾ ਰਹੇ ਨੇ, ਔਰ ਉਸੇ ਦਿਨ ਸੁਖਬੀਰ ਬਾਦਲ ਹੋਣਾ ਨੇ ਇਹ ਐਲਾਨ ਕੀਤਾ ਹੈ ਕਿ ਉਹ ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਸ਼ਹਿਰ ਹੈ ਪਟਿਆਲੇ, ਉੱਥੇ ਰੈਲੀ ਕਰਨਗੇ। ਇਹ ਇੱਕ ਤਰ੍ਹਾਂ ਦੀ ਲਲਕਾਰ ਰੈਲੀ ਹੈ, ਇੱਕ ਤਰ੍ਹਾਂ ਦੀ ਐਕਸਪੋਜ਼ ਰੈਲੀ ਹੈ, ਪਰਦਾਫਾਸ਼ ਰੈਲੀਆਂ ਦਾ ਦੌਰ ਚੱਲਦਾ ਪਿਆ, ਉਹ ਅਸੀਂ ਫਿਰ ਕਦੀ ਡਿਟੇਲ 'ਚ ਡਿਸਕਸ ਕਰਾਂਗੇ ਉਹਦੇ ਨਾਲ ਉਸ ਟੋਪਿਕ ਦੇ ਉੱਤੇ। ਲੇਕਿਨ ਅੱਜ ਜਿਹੜਾ ਟੋਪਿਕ ਅਸੀਂ ਲੈ ਕੇ ਆਏ ਹਾਂ ਉਹ ਬਹੁਤ ਹੀ ਸੰਜੀਦਾ, ਬਹੁਤ ਹੀ ਸੈਂਸਿਟਿਵ ਹੈ, ਔਰ ਤੁਸੀਂ ਲੋਕ ਦੇਖੋਗੇ ਕਿ ਕਿਸ ਤਰ੍ਹਾਂ ਪੰਜਾਬ ਦੀ ਸਿਆਸਤ ਨੂੰ ਇਹ ਚੀਜ਼ ਇਹ ਜਿਹੜਾ ਹੈ ਇਫੈਕਟ ਕਰ ਰਿਹਾ। ਤੁਹਾਨੂੰ ਯਾਦ ਹੋਏਗਾ ਪੰਜਾਬ ਦੀ ਸਰਕਾਰ ਬਣੀ ਕੈਪਟਨ ਅਮਰਿੰਦਰ ਸਿੰਘ ਦੀ, ਵਿਧਾਨ ਸਭਾ ਦੀਆਂ ਇਲੈਕਸ਼ਨਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਨੇ ਔਰ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਤੋਂ ਬਾਅਦ ਇੱਕ ਕਈ ਸਾਰੇ ਵਾਅਦੇ ਕੀਤੇ ਸੀ ਪੰਜਾਬ ਦੀ ਜਨਤਾ ਦੇ ਨਾਲ। ਇਹ ਵਾਅਦੇ ਕੀਤੇ ਸੀ ਕਿ ਜੇਕਰ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਬਣੀ ਤਾਂ ਅਸੀਂ ਇੱਕ ਇੱਕ ਕਰਕੇ ਸਾਰੇ ਵਾਅਦੇ ਪੂਰੇ ਕਰਾਂਗੇ। ਜਿਸ ਤਰ੍ਹਾਂ ਨਰਿੰਦਰ ਮੋਦੀ ਨੇ ਸੈਂਟਰਲ ਗੌਰਮੈਂਟ 'ਚ ਵਾਅਦੇ ਕੀਤੇ ਹੋਏ ਆ, ਇਸੇ ਤਰ੍ਹਾਂ 'ਚ ਸਾਰੀਆਂ ਜਿਹੜੀਆਂ ਸਰਕਾਰਾਂ ਜਦੋਂ ਇਲੈਕਸ਼ਨ ਹੁੰਦੇ ਨੇ ਤਾਂ ਸਾਰੀਆਂ ਪਾਰਟੀਆਂ ਜਿਹੜੀਆਂ ਹੁੰਦੀਆਂ ਚੋਣ ਮੈਨੀਫੈਸਟੋ ਜਾਰੀ ਕਰਦੀਆਂ। ਤੁਹਾਨੂੰ ਯਾਦ ਹੋਏਗਾ ਦਰਸ਼ਕੋ, 121 ਸਫਿਆਂ ਦਾ ਕਾਂਗਰਸ ਮੈਨੀਫੈਸਟੋ ਜਾਰੀ ਹੋਇਆ ਸੀਗਾ, ਔਰ ਉਹਦੇ 'ਚ ਇੱਕ ਲੰਬੀ ਚੌੜੀ ਲਿਸਟ ਸੀਗੀ ਉਹਨਾਂ ਸਾਰੇ ਮਸਲਿਆਂ ਦੀ, ਉਹਨਾਂ ਸਾਰੇ ਪ੍ਰੋਮਿਸਿਸ ਦੀ ਜੋ ਕੈਪਟਨ ਸਰਕਾਰ ਨੇ ਲੋਕਾਂ ਦੇ ਨਾਲ ਕੀਤੇ ਸੀ। ਉਹਨਾਂ ਵਿੱਚ ਇੰਪਲੋਇਮੈਂਟ ਦਾ ਮਸਲਾ ਸੀ, ਉਹਨਾਂ ਦੇ ਵਿੱਚ ਜੋ ਇੰਡਸਟਰੀ ਦਾ ਮਿਆਰ ਹੈ ਉਹਦੇ ਚੁੱਕਣ ਦੀ ਗੱਲ ਹੋਈ ਸੀ, ਡਰੱਗਸ ਦੇ ਉੱਤੇ ਪੂਰੀ ਠੱਲ ਲਾਉਣ ਦੀ ਗੱਲ ਹੋਈ ਸੀ, ਔਰ ਇੱਕ ਵਾਅਦਾ ਸੀ ਜਿਹਦਾ ਬੜੀ ਬੇਸਬਰੀ ਦੇ ਨਾਲ ਪੰਜਾਬ ਦੇ ਨੌਜਵਾਨ ਨੇ ਉਹ ਇੰਤਜ਼ਾਰ ਕਰ ਰਹੇ ਨੇ, ਉਹ ਵਾਅਦਾ ਕਦੋਂ ਪੂਰਾ ਹੋਏਗਾ। ਅਤੇ ਹੁਣ ਇੱਕ ਖਬਰ ਪੰਜਾਬ ਦੇ ਵਿੱਚੋਂ ਇਹ ਆਈ ਹੈ ਕਿ ਉਹ ਦੀਵਾਲੀ ਤੱਕ ਉਹ ਵਾਅਦਾ ਪੂਰਾ ਹੋ ਸਕਦਾ ਹੈ ਔਰ ਹੋਣ ਜਾ ਰਿਹਾ। ਉਹ ਹੈ ਜੀ ਪੰਜਾਬ ਦੇ ਨੌਜਵਾਨਾਂ ਨੂੰ ਸਮਾਰਟਫੋਨ ਦੇਣ ਦਾ ਵਾਅਦਾ। ਇਸ ਨੂੰ ਲੈ ਕੇ ਮੀਡੀਆ ਦੇ ਵਿੱਚ ਵੀ ਕਾਫੀ ਚਰਚਾ ਹੋਈ ਔਰ ਕਈ ਵਿਰੋਧੀ ਪਾਰਟੀਆਂ ਨੇ ਵੀ, ਕਾਫੀ ਲੋਕਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਜੋ ਲੰਬੇ ਚੌੜੇ ਵਾਅਦੇ ਕੀਤੇ ਸੀਗੇ ਉਹਨਾਂ ਵਿੱਚੋਂ ਇਹ ਵਾਲਾ ਵਾਅਦਾ ਅਜੇ ਤੱਕ ਪੂਰਾ ਕਿਉਂ ਨਹੀਂ ਹੋਇਆ, ਕਿਉਂਕਿ ਉਹਨਾਂ ਨੇ ਕਿਹਾ ਸੀ 100 ਦਿਨ ਦੇ ਅੰਦਰ ਅੰਦਰ ਸਰਕਾਰ ਬਣਨ ਦੇ 100 ਦਿਨ ਦੇ ਅੰਦਰ ਅੰਦਰ ਅਸੀਂ ਨੌਜਵਾਨਾਂ ਨੂੰ ਸਮਾਰਟਫੋਨ ਦਾਂਗੇ, ਔਰ 1-2 ਸਮਾਰਟਫੋਨ ਨਹੀਂ 50 ਲੱਖ ਸਮਾਰਟਫੋਨ ਦੇਣ ਦਾ ਵਾਅਦਾ ਕੈਪਟਨ ਅਮਰਿੰਦਰ ਸਿੰਘ ਨੇ ਇਲੈਕਸ਼ਨਾਂ ਤੋਂ ਪਹਿਲਾਂ ਕੀਤਾ ਸੀਗਾ, ਔਰ ਉਹਨਾਂ ਦੇ ਚੋਣ ਮੈਨੀਫੈਸਟੋ ਦੇ ਵਿੱਚ ਵੀ ਇਸ ਚੀਜ਼ ਦਾ ਰਿਕਾਰਡ ਦਰਜ ਹੈ, ਉਹਨਾਂ ਦੇ ਵਿੱਚ ਵੀ ਲਿਖਿਆ ਗਿਆ ਸੀਗਾ। ਔਰ ਤੁਹਾਨੂੰ ਯਾਦ ਹੋਏਗਾ ਕਿ ਇਲੈਕਸ਼ਨਾਂ ਦੇ ਦੌਰਾਨ ਕਨੈਕਟ ਵਿਦ ਕੈਪਟਨ ਕਰਕੇ ਇੱਕ ਮੁਹਿੰਮ ਚਲਾਈ ਗਈ ਸੀ ਪੰਜਾਬ ਕਾਂਗਰਸ ਦੇ ਵੱਲੋਂ, ਔਰ ਉਹਦੇ ਵਿੱਚ ਇੱਕ ਆਨਲਾਈਨ ਰਜਿਸਟ੍ਰੇਸ਼ਨ ਕੀਤੇ ਗਏ ਸੀ ਪੰਜਾਬ ਦੇ ਨੌਜਵਾਨਾਂ ਦੇ, ਔਰ ਪੰਜਾਬ ਦੇ ਨੌਜਵਾਨਾਂ ਨੇ ਵੱਧ ਚੜ੍ਹ ਕੇ ਸਮਾਰਟਫੋਨ ਲੈਣ ਵਾਸਤੇ ਉਹਦੇ 'ਚ ਰਜਿਸਟ੍ਰੇਸ਼ਨ ਕਰਾਏ ਸੀ, ਔਰ ਕਰੀਬ 30 ਲੱਖ ਨੌਜਵਾਨਾਂ ਨੇ ਰਜਿਸਟ੍ਰੇਸ਼ਨ ਕਰਾਏ ਸੀਗੇ। ਉਹ ਹੁਣ ਇੰਤਜ਼ਾਰ ਕਰ ਰਹੇ ਸੀ ਅਤੇ ਹੁਣ ਇੱਕ ਖਬਰ ਇਹ ਆਈ ਹੈ ਕਿ ਸਮਾਰਟਫੋਨ ਜਿਹੜੇ ਨੇ ਦੀਵਾਲੀ ਤੱਕ ਦੇ ਦਿੱਤੇ ਜਾਣਗੇ। ਹੁਣ ਅਸੀਂ ਇਸ ਸਾਰੇ ਅਰਥਮੈਟਿਕ ਨੂੰ ਸਮਝਦੇ ਹਾਂ, ਇਸ ਦੇ ਪਿੱਛੇ ਦੀ ਸਿਆਸਤ ਨੂੰ ਸਮਝਦੇ ਹਾਂ, ਔਰ ਸਮਾਰਟਫੋਨ ਕਿਉਂ ਦਿੱਤੇ ਜਾ ਰਹੇ ਨੇ ਇਹਦੇ ਪਿੱਛੇ ਪੰਜਾਬ ਸਰਕਾਰ ਦੀ ਮਜਬੂਰੀ ਵੀ ਸਮਝ ਸਕਦੇ ਹਾਂ, ਕਿਉਂਕਿ ਇੱਕ ਸਰਕਾਰੀ ਖਜ਼ਾਨਾ ਤਾਂ ਖਾਲੀ ਹੈ, ਕਿਉਂਕਿ ਜਦੋਂ ਦੇ ਕੈਪਟਨ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਬਣੇ ਨੇ ਉਹਨਾਂ ਦੀ ਸਰਕਾਰ, ਉਹਨਾਂ ਦੇ ਜਿਹੜੇ ਖਜ਼ਾਨਾ ਮੰਤਰੀ ਨੇ ਮਨਪ੍ਰੀਤ ਬਾਦਲ, ਖਾਸ ਤੌਰ 'ਤੇ ਮੀਡੀਆ ਦੇ ਵਿੱਚ ਆ ਕੇ ਇਹੀ ਕਹਿੰਦੇ ਰਹੇ ਕਿ ਖਜ਼ਾਨਾ ਤਾਂ ਖਾਲੀ ਹੈ। ਇਹ ਸਾਰੇ ਜਾਣਦੇ ਨੇ ਕਿ ਪੰਜਾਬ ਦੇ ਵਿੱਚ ਇੱਕ ਬੜਾ ਅੱਛਾ ਖਾਸਾ ਫਾਈਨੈਂਸ਼ੀਅਲ ਕ੍ਰੰਚ ਚੱਲ ਰਿਹਾ, ਜਿਹੜੀਆਂ ਸਕੀਮਾਂ ਦੇ ਵਿੱਚ ਉਹਨਾਂ ਨੇ ਪੈਸਾ ਲਗਾਉਣਾ ਸੀ ਐਜੂਕੇਸ਼ਨ 'ਤੇ, ਹੈਲਥ ਸੈਕਟਰ 'ਤੇ, ਉਹ ਸਾਰੀਆਂ ਚੀਜ਼ਾਂ ਦੇ ਉੱਤੇ ਫਾਈਨੈਂਸ਼ੀਅਲ ਕ੍ਰੰਚ ਦਾ ਅੱਛਾ ਖਾਸਾ ਅਸਰ ਦਿਖਾਈ ਦਿੱਤਾ। ਲੇਕਿਨ ਹੁਣ ਇਹ ਸਮਾਰਟਫੋਨ ਦੇਣ ਦਾ ਵਾਅਦਾ ਤਾਂ ਕੀਤਾ ਸੀਗਾ, ਔਰ ਮਰਤਾ ਕਿਆ ਨਾ ਕਰਤਾ, ਇਹ ਵਾਅਦਾ ਤੋਂ ਪੂਰਾ ਕਰਨਾ ਪਵੇਗਾ। ਅਤੇ ਇਹ ਹੁਣ ਕਾਂਗਰਸ ਸਰਕਾਰ ਨੂੰ, ਪੰਜਾਬ ਕਾਂਗਰਸ ਦੇ ਜਿਹੜੇ ਸਰਕਾਰ ਹੈ ਉਹ ਹੁਣ ਇਹ ਵਾਅਦਾ ਪੂਰਾ ਕਰੇਗੀ। ਕਿਸ ਤਰ੍ਹਾਂ ਪੂਰਾ ਕਰੇਗੀ ਇਹ ਤੁਸੀਂ ਪੂਰਾ ਅੱਜ ਸਵਾਲ ਤੁਹਾਨੂੰ ਪੂਰਾ ਹਿਸਾਬ ਕਿਤਾਬ ਇਹਦਾ ਸਮਝਾਉਂਦੇ ਹਾਂ।
ਜੇ ਇੱਕ ਇੱਕ ਹਿਸਾਬ ਲਗਾਇਆ ਜਾਏ ਤਾਂ ਪੰਜਾਬ ਸਰਕਾਰ ਨੇ ਹੁਣ 50 ਲੱਖ ਮੋਬਾਈਲ ਫੋਨ ਦੇਣੇ ਆ, ਸਮਾਰਟਫੋਨ 4G ਸਮਾਰਟਫੋਨ ਜਿਹੜੇ ਹੁੰਦੇ ਆ ਉਹ ਦੇਣੇ ਆ ਨੌਜਵਾਨਾਂ ਨੂੰ। ਔਰ ਅਗਰ ਤੁਸੀਂ ਇਹ ਅੰਦਾਜ਼ਾ ਲਗਾਓ ਕਿ ਅਗਰ ਇੱਕ 4,000 ਦਾ ਵੀ ਮਿਨੀਮਮ ਅਸੀਂ ਕੋਸਟ ਕਰਕੇ ਚੱਲੀਏ, ਸਰਕਾਰ ਟੈਂਡਰ ਕਰਕੇ ਮੰਗਾਏਗੀ, ਜੇ 4,000 ਦਾ ਵੀ ਫੋਨ ਮਿਨੀਮਮ ਸਰਕਾਰ ਖਰੀਦੇ 50 ਲੱਖ ਫੋਨ, ਤਾਂ ਤੁਹਾਨੂੰ ਪਤਾ ਕਿੰਨਾ ਹਿਸਾਬ ਪੈਂਦਾ ਹੈ। ਪੰਜਾਬ ਸਰਕਾਰ ਦੇ ਖਜ਼ਾਨੇ ਵਿੱਚ ਸਿਰਫ ਇਸੇ ਕੰਮ ਵਾਸਤੇ 2,000 ਕਰੋੜ ਰੁਪਏ ਚਾਹੀਦੇ ਹੈ। ਔਰ ਤੁਹਾਨੂੰ ਪਤਾ ਹੈ ਪੰਜਾਬ ਦੇ ਜਿਹੜਾ ਬਜਟ ਹੈ ਫਾਈਨੈਂਸ਼ੀਅਲ ਈਅਰ ਦੇ ਵਿੱਚ, ਪਿਛਲੇ ਫਾਈਨੈਂਸ਼ੀਅਲ ਈਅਰ ਦੇ ਵਿੱਚ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਜੋ ਮੀਡੀਆ ਦੇ ਵਿੱਚ ਆ ਕੇ ਬਿਆਨ ਦਿੱਤੇ ਸੀ ਕਿ ਉਹਨਾਂ ਨੇ ਕਿਹਾ ਸੀ ਅਸੀਂ 10 ਕਰੋੜ ਦੀ ਰਕਮ ਅਲੱਗ ਰੱਖੀ ਹੋਈ ਹੈ। ਕਾਹਦੇ ਵਾਸਤੇ? ਸਮਾਰਟਫੋਨ ਵਾਸਤੇ। ਹੁਣ ਇੱਕ 2,000 ਕਰੋੜ ਦਾ ਵਾਅਦਾ ਸਰਕਾਰ ਦੇ ਜਿਹੜਾ ਖਜ਼ਾਨੇ 'ਚ ਪ੍ਰੋਵੀਜ਼ਨ ਹੈ ਉਹ 10 ਕਰੋੜ ਰੁਪਏ ਦਾ। ਚਲੋ ਠੀਕ ਹੈ ਜੀ, ਵਾਅਦਾ ਕੀਤਾ ਹੈ। ਨੌਜਵਾਨਾਂ ਨੂੰ ਤੁਸੀਂ ਨਾਰਾਜ਼ ਨਹੀਂ ਕਰ ਸਕਦੇ ਕਿਉਂਕਿ ਨੌਜਵਾਨ ਜਿਹੜੇ ਨੇ ਅੱਜ ਇੱਕ ਵੋਟ ਬੈਂਕ ਨੇ। ਜਿਹੜੀਆਂ ਸਿਆਸੀ ਪਾਰਟੀਆਂ ਇੰਡੀਆ ਦੇ ਵਿੱਚ ਹੁੰਦੀ ਅੱਜ ਕੱਲ੍ਹ ਹੈਗੀਆਂ ਨੇ, ਸਭ ਦੇ ਆਪਣੇ ਆਪਣੇ ਵੋਟ ਬੈਂਕ ਨੇ। ਹਰ ਸੂਬੇ ਦੇ ਹਿਸਾਬ ਨਾਲ ਵੋਟ ਬੈਂਕ ਨੇ। ਕਿਸੇ ਦਾ ਦਲਿਤ ਵੋਟ ਬੈਂਕ ਹੈ, ਕਿਸੇ ਦਾ ਮੁਸਲਿਮ ਵੋਟ ਬੈਂਕ ਹੈ, ਕਿਸੇ ਦਾ ਡਾਊਨ ਟਰੋਡਨ ਵੋਟ ਬੈਂਕ ਹੈ, ਕਿਸੇ ਦਾ ਗਰੀਬਾਂ ਦਾ ਵੋਟ ਬੈਂਕ ਹੈ। ਇਹ ਹੁਣ ਪੰਜਾਬ ਜਿਹੜੀ ਹਿੰਦੁਸਤਾਨ ਦੀ ਸਿਆਸਤ ਹੈ ਉਹਦੇ ਵਿੱਚ ਇਹ 2 ਨਵੇਂ ਵੋਟ ਬੈਂਕ ਆ ਰਹੇ ਨੇ। ਇੱਕ ਵੋਟ ਬੈਂਕ ਦੀ ਗੱਲ ਹੁਣ ਕਰਦੇ ਹਾਂ, ਦੂਸਰੇ ਵੋਟ ਬੈਂਕ ਦੀ ਗੱਲ ਥੋੜ੍ਹੀ ਦੇਰ 'ਚ ਕਰਾਂਗੇ। ਇੱਕ ਵੋਟ ਬੈਂਕ ਹੈ ਜੀ ਹੁਣ ਸਮਾਰਟਫੋਨ ਵੋਟ ਬੈਂਕ। ਸਮਾਰਟਫੋਨ ਵੋਟ ਬੈਂਕ ਉਹ ਹੈ ਜੇ ਤੁਸੀਂ ਨੌਜਵਾਨਾਂ ਨੂੰ ਵਾਅਦਾ ਕੀਤਾ ਕਿ ਅਸੀਂ ਤੁਹਾਨੂੰ ਸਮਾਰਟਫੋਨ ਦਾਂਗੇ ਤਾਂ ਤੁਹਾਨੂੰ ਫਿਰ ਦੇਣੇ ਪੈਣਗੇ, ਨਹੀਂ ਤਾਂ 50 ਲੱਖ ਨੌਜਵਾਨਾਂ ਨੂੰ ਤੁਸੀਂ ਨਾਰਾਜ਼ ਨਹੀਂ ਕਰ ਸਕਦੇ ਕਿਉਂਕਿ ਅਗਲੇ ਇਲੈਕਸ਼ਨਾਂ 'ਚ ਫਿਰ ਉਹਨਾਂ ਦੀ ਲੋੜ ਪੈਣੀ ਹੈ। ਦੇ ਆਰ ਯੋਰ ਵੋਟ ਬੈਂਕ, ਔਰ ਅਗਲੀ ਵਾਰ ਫਿਰ ਉਹਨਾਂ ਦੀ ਸਪੋਰਟ ਦੀ, ਉਹਨਾਂ ਦੇ ਸਹਿਯੋਗ ਦੀ ਲੋੜ ਪਏਗੀ। ਪੰਜਾਬ ਸਰਕਾਰ ਨੂੰ, ਕਾਂਗਰਸ ਨੂੰ, ਕਿਸੇ ਵੀ ਪਾਰਟੀ ਨੂੰ ਰਹਿੰਦੀ ਹੈ, ਅਤੇ ਜੇ ਹੁਣ ਵਾਅਦਾ ਕੀਤਾ ਤਾਂ ਪੂਰਾ ਤਾਂ ਕਰਨਾ ਪਏਗਾ ਭਾਵੇਂ ਖਜ਼ਾਨਾ ਖਾਲੀ ਕਿਉਂ ਨਾ ਹੋਏ। ਹੁਣ ਕਿਤੋਂ ਨਾ ਕਿਤੋਂ ਪ੍ਰੋਵੀਜ਼ਨ ਕਰਕੇ ਇਹ ਕੀਤਾ ਜਾਏਗਾ। ਮਨਪ੍ਰੀਤ ਬਾਦਲ ਜਿਹੜੇ ਖਜ਼ਾਨਾ ਮੰਤਰੀ ਨੇ ਉਹ ਕਾਫੀ ਦਿਨਾਂ ਤੋਂ ਇਹ ਬਿਆਨ ਦੇ ਰਹੇ ਸੀ ਕਿ ਅਸੀਂ ਸਮਾਰਟਫੋਨ ਦੇਣ ਦਾ ਵੀ ਕੋਈ ਸਮਾਰਟ ਤਰੀਕਾ ਲੱਭਦੇ ਪਏ ਹਾਂ। ਇੱਕ ਸਮਾਰਟ ਤਰੀਕਾ ਇਜ਼ਾਦ ਕੀਤਾ ਜਾ ਰਿਹਾ ਸੀ ਵੀ ਕਿਸੇ ਫੋਨ ਕੰਪਨੀ ਦੇ ਨਾਲ ਕੋਲੈਬੋਰੇਸ਼ਨ ਹੋ ਜਾਏ, ਕੋਈ ਫੋਨ ਕੰਪਨੀ ਫ੍ਰੀ 'ਚ ਫੋਨ ਦੇਣ ਨੂੰ ਤਿਆਰ ਹੋ ਜਾਏ ਜਾਂ ਡਾਟਾ ਫ੍ਰੀ 'ਚ ਦੇ, ਇੰਟਰਨੈਟ ਕਨੈਕਸ਼ਨ ਫ੍ਰੀ ਦੇ ਦੇ, ਇਸ ਤਰ੍ਹਾਂ ਦੀ ਕੈਲਕੂਲੇਸ਼ਨਾਂ ਚੱਲ ਰਹੀਆਂ ਸੀ। ਪੰਜਾਬ ਸਰਕਾਰ ਨੇ ਕੰਸਲਟੈਂਸੀ ਫਰਮ ਵੀ ਹਾਇਰ ਕੀਤੀ ਜੋ ਇਹਨਾਂ ਨੂੰ ਪੂਰੀ ਸਲਾਹ ਦੇ ਰਹੀ ਸੀ ਕਿ ਇਹ ਸਮਾਰਟਫੋਨ ਦਾ ਜਿਹੜਾ ਵਾਅਦਾ ਹੈ ਕਿਸ ਤਰ੍ਹਾਂ ਪੂਰਾ ਕੀਤਾ ਜਾਏਗਾ। ਵਾਅਦਾ ਤਾਂ ਪੰਜਾਬ ਸਰਕਾਰ ਨੇ ਇਹ ਵੀ ਕੀਤਾ ਸੀ ਕਿ ਕਿਸਾਨਾਂ ਦੇ ਕਰਜ਼ੇ ਮਾਫ ਕੀਤੇ ਜਾਣਗੇ। ਔਰ ਦਰਸ਼ਕੋ, ਤੁਹਾਨੂੰ ਦੇਖਣਾ ਹੋਏਗਾ ਕਿ ਕਿੰਨੇ ਸਾਰੇ ਲੱਖਾਂ ਕਿਸਾਨਾਂ ਦਾ ਕਰਜ਼ਾ ਹਾਲੇ ਮਾਫ ਹੋਣਾ ਬਾਕੀ ਹੈ, ਔਰ ਪੰਜਾਬ ਸਰਕਾਰ ਕਿਉਂਕਿ ਖਜ਼ਾਨਾ ਖਾਲੀ ਹੈ ਇਸ ਵਾਸਤੇ ਕਿਸ਼ਤਾਂ ਦੇ ਵਿੱਚ ਥੋੜ੍ਹਾ ਥੋੜ੍ਹਾ ਕਰਕੇ ਉਹ ਕਿਸਾਨਾਂ ਦਾ ਕਰਜ਼ਾ ਮਾਫ ਕਰ ਰਹੀ ਹੈ। ਉਹ ਪ੍ਰੋਵੀਜ਼ਨ ਸ਼ੁਰੂ ਕਰ ਦਿੱਤਾ, ਉਹ ਤਾਂ ਅਸੀਂ ਮੰਨਦੇ ਹਾਂ ਕਿ ਉਹ ਕੰਮ ਸ਼ੁਰੂ ਹੋ ਗਿਆ, ਥੋੜ੍ਹਾ ਥੋੜ੍ਹਾ ਕਰਕੇ ਹੋ ਰਿਹਾ। ਸਮਾਰਟਫੋਨ ਜਿਹੜੇ ਬੱਚੇ ਸੀਗੇ, ਨੌਜਵਾਨ ਸੀ 50 ਲੱਖ, ਜਿਨ੍ਹਾਂ ਨੇ 30 ਲੱਖ ਬੱਚਿਆਂ ਨੇ ਰਜਿਸਟ੍ਰੇਸ਼ਨ ਕਰਾਇਆ ਔਰ 50 ਲੱਖ ਫੋਨ ਦਾ ਸਰਕਾਰ ਨੇ ਵਾਅਦਾ ਕੀਤਾ ਸੀ, ਉਸ ਚੀਜ਼ ਦੀ ਬੜੀ ਸ਼ਿੱਦਤ ਨਾਲ ਇੰਤਜ਼ਾਰ ਹੋ ਰਿਹਾ ਸੀਗਾ। ਲੇਕਿਨ ਹੁਣ ਸਵਾਲ ਇਹ ਉੱਠਦਾ ਹੈ ਕਿ ਸਾਡੀਆਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ, ਜਿਹੜੀਆਂ ਸਿਆਸੀ ਪਾਰਟੀਆਂ ਨੇ, ਇਲੈਕਸ਼ਨਾਂ ਦੇ ਦੌਰਾਨ ਐਸੇ ਬੇਸਿਰ ਪੈਰ ਵਾਲੇ, ਐਸੇ ਇਲੌਜੀਕਲ ਵਾਅਦੇ ਕਿਉਂ ਕਰਦੀਆਂ ਨੇ? ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਅਸੀਂ ਜਦੋਂ ਸਰਕਾਰ 'ਚ ਆ ਗਏ, ਗੱਦੀ 'ਤੇ ਬਹਿ ਗਏ, ਖਜ਼ਾਨੇ ਦੀ ਚਾਬੀ ਸਾਡੇ ਹੱਥ 'ਚ ਆ ਗਈ, ਤਾਂ ਅਸੀਂ ਇਹ ਵਾਅਦਾ ਪੂਰਾ ਕਿਸ ਤਰ੍ਹਾਂ ਕਰਾਂਗੇ? ਜਿਸ ਤਰ੍ਹਾਂ ਅਸੀਂ ਤੁਹਾਨੂੰ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸ਼ਾਇਦ ਵਾਅਦਾ ਕਰਕੇ ਫਸ ਗਏ, ਲੇਕਿਨ ਹੁਣ ਉਹਨਾਂ ਨੂੰ ਪੂਰਾ ਕਰਨਾ ਪੈ ਰਿਹਾ। ਇਸ ਦਾ ਇੱਕ ਹੋਰ ਇਗਜ਼ਾਮਪਲ ਦੇਖੋ ਕਿ ਇੰਡੀਆ ਦੀ ਸਿਆਸਤ ਦੇ ਵਿੱਚ ਇਹ ਚੀਜ਼ਾਂ ਕਿਸ ਤਰ੍ਹਾਂ ਚੱਲਦੀਆਂ। ਇਸ ਦਾ ਇਗਜ਼ਾਮਪਲ ਲਓ ਉੱਤਰ ਪ੍ਰਦੇਸ਼ ਸੂਬੇ ਤੋਂ। ਉੱਤਰ ਪ੍ਰਦੇਸ਼ ਦੇ ਵਿੱਚ ਵੀ ਕੀ ਹੈ, ਉੱਥੇ ਜਿਹੜੀ ਸਰਕਾਰ ਸੀ ਅਖਿਲੇਸ਼ ਯਾਦਵ ਦੀ ਔਰ ਮੁਲਾਇਮ ਸਿੰਘ ਯਾਦਵ ਦੀ, ਯੋਗੀ ਆਦਿੱਤਿਆਨਾਥ ਤੋਂ ਪਹਿਲਾਂ ਵਾਲੀ ਸਮਾਜਵਾਦੀ ਪਾਰਟੀ ਦੀ, ਤੁਹਾਨੂੰ ਯਾਦ ਹੋਏਗਾ ਮੀਡੀਆ ਦੇ ਵਿੱਚ ਤੁਸੀਂ ਵੀ ਕਾਫੀ ਖਬਰਾਂ ਦੇਖੀਆਂ ਹੋਣੀਆਂ, ਕਾਫੀ ਵੀਡੀਓਜ਼ ਦੇਖੇ ਹੋਣੇ ਆ, ਜਦੋਂ ਅਖਿਲੇਸ਼ ਯਾਦਵ ਨੇ ਉੱਤਰ ਪ੍ਰਦੇਸ਼ ਦੇ ਕੁਝ ਸ਼ਹਿਰਾਂ 'ਚ ਜਾ ਕੇ ਉੱਥੇ ਦੇ ਸਕੂਲ ਦੇ ਬੱਚਿਆਂ ਨੂੰ ਲੈਪਟਾਪ ਵੰਡੇ ਸੀਗੇ। ਇਹਦਾ ਵੀ ਇੱਕ ਅਰਥਮੈਟਿਕ, ਸਾਰੀ ਫੈਕਟਸ ਐਂਡ ਫਿਗਰਸ ਮੇਰੇ ਕੋਲ ਪਈਆਂ ਹੋਈਆਂ। ਉੱਤਰ ਪ੍ਰਦੇਸ਼ ਸਰਕਾਰ ਨੇ ਇਸ ਵਾਸਤੇ 2,800 ਕਰੋੜ ਰੁਪਏ ਦਾ ਬਜਟ ਰੱਖਿਆ ਸੀ। 2,800 ਕਰੋੜ ਰੁਪਏ ਦੇ ਲੈਪਟਾਪ ਅਖਿਲੇਸ਼ ਯਾਦਵ ਦੀ ਸਰਕਾਰ ਨੇ ਵੰਡੇ ਸੀ। ਕਿਉਂ ਵੰਡੇ ਸੀ? ਕਿਉਂਕਿ ਉਹਨਾਂ ਨੇ ਵੀ ਚੋਣਾਂ ਦੇ ਵਿੱਚ ਵਾਅਦਾ ਕੀਤਾ ਸੀ ਕਿ ਅਗਰ ਸਾਡੀ ਸਰਕਾਰ ਬਣੀ, ਅਸੀਂ 10ਵੀਂ ਪਾਸ ਮੁੰਡੇ ਕੁੜੀਆਂ ਨੂੰ ਜਿਹੜੇ ਵੀ ਸਕੂਲ 'ਚ ਪੜ੍ਹਦੇ ਨੇ, ਜਿਹੜੇ ਵੀ ਐਲੀਜੀਬਲ ਹੋਣਗੇ, ਇੱਕ ਗਰੀਬੀ ਰੇਖਾ ਤੋਂ ਥੱਲੇ ਹੋਣਗੇ, ਇਸ ਤਰ੍ਹਾਂ ਕਰਕੇ ਉਹਨਾਂ ਨੂੰ ਅਸੀਂ ਲੈਪਟਾਪ ਦਾਂਗੇ। ਲੈਪਟਾਪ 2,800 ਕਰੋੜ ਦੇ ਵੰਡੇ ਗਏ ਜੀ। ਉਸ ਤੋਂ ਬਾਅਦ ਉਹ ਲੈਪਟਾਪ ਵੰਡੇ ਤਾਂ ਗਏ, ਲੇਕਿਨ ਉਹਦੀ ਤੁਹਾਨੂੰ ਜੋ ਅਸਲੀ ਕਹਾਣੀ ਹੈ ਉਹ ਤੁਹਾਨੂੰ ਦੱਸਦਾ ਕਿ ਜਿਹੜੀ ਸਰਕਾਰੀ ਖਜ਼ਾਨੇ ਦੀ ਲੁੱਟ ਕਿਸ ਤਰ੍ਹਾਂ ਹੁੰਦੀ ਹੈ ਇੰਡੀਆ ਦੇ ਵਿੱਚ, ਔਰ ਸਰਕਾਰੀ ਜਿਹੜੀਆਂ ਖਜ਼ਾਨੇ ਦੇ ਵਿੱਚ ਜਿਹੜਾ ਪੈਸਾ ਹੁੰਦਾ ਉਹਨੂੰ ਬੇਦਰਦੀ ਦੇ ਨਾਲ ਖਰਚ ਕਿਸ ਤਰ੍ਹਾਂ ਕੀਤਾ ਜਾਂਦਾ ਹੈ, ਸਿਰਫ ਆਪਣੀ ਸਿਆਸੀ ਮਜਬੂਰੀਆਂ ਕਰਕੇ, ਕਿਉਂਕਿ ਇੱਕ ਪਾਰਟੀ ਨੇ ਵਾਅਦਾ ਕਰ ਦਿੱਤਾ ਸਰਕਾਰ ਆਉਣ ਤੋਂ ਬਾਅਦ ਉਹ ਵਾਅਦਾ ਪੂਰਾ ਕਰਨਾ ਪਏਗਾ, ਕਿਉਂਕਿ ਤੁਸੀਂ ਸਕੂਲ ਦੇ ਬੱਚਿਆਂ ਨੂੰ, ਕਾਲਜ ਦੇ ਬੱਚਿਆਂ ਨੂੰ, ਲੱਖਾਂ ਬੱਚਿਆਂ ਨੂੰ ਨਾਰਾਜ਼ ਨਹੀਂ ਕਰ ਸਕਦੇ। ਹੁਣ ਅਖਿਲੇਸ਼ ਯਾਦਵ ਨੇ 2,800 ਕਰੋੜ ਰੁਪਏ ਦੇ ਲੈਪਟਾਪ ਵੰਡੇ। ਅਗਰ ਤੁਹਾਨੂੰ ਯਾਦ ਹੋਏਗਾ
ਲੈਪਟਾਪ ਦੇ ਉੱਪਰ ਉਹ ਪਿਓ ਪੁੱਤਰ ਦੀ ਫੋਟੋ ਹੁੰਦੀ ਸੀ, ਮੁਲਾਇਮ ਸਿੰਘ ਯਾਦਵ ਦੀ ਔਰ ਅਖਿਲੇਸ਼ ਯਾਦਵ ਦੀ। ਤੁਹਾਨੂੰ ਇੱਕ ਹੋਰ ਚੀਜ਼ ਦੱਸਦੇ, 2800 ਕਰੋੜ ਰੁਪਏ ਦੇ ਜਦੋਂ ਲੈਪਟਾਪ ਇਹ ਵੰਡੇ ਗਏ ਉੱਤਰ ਪ੍ਰਦੇਸ਼ ਦੇ ਵਿੱਚ, ਜਿਸ ਦਿਨ ਇਹ ਲੈਪਟਾਪ ਅਲੱਗ ਅਲੱਗ ਫੰਕਸ਼ਨਸ ਦੇ ਵਿੱਚ ਵੰਡੇ ਗਏ, ਉਸ ਦਿਨ ਲਖਨਊ ਔਰ ਉੱਤਰ ਪ੍ਰਦੇਸ਼ ਦੇ ਕਈ ਸ਼ਹਿਰਾਂ ਦੇ ਬਾਜ਼ਾਰਾਂ ਦੇ ਵਿੱਚ ਉਹੀ ਉਹ ਲੈਪਟਾਪ ਰਾਤੀ 500-500 1000-1000 ਰੁਪਏ ਦੇ ਵਾਪਸ ਉਹਨਾਂ ਸਕੂਲ ਦੇ ਬੱਚਿਆਂ ਨੇ ਜਾ ਕੇ ਦੁਕਾਨਾਂ 'ਤੇ ਵੇਚ ਦਿੱਤੇ। 500 ਰੁਪਏ ਲੈ ਲਏ, 1000 ਰੁਪਏ ਲੈ ਲਏ, ਜਦੋਂ 13,450 ਦੀ ਰੇਂਜ ਵਿੱਚ ਉਹ ਉਸ ਕੋਸਟ 'ਤੇ ਉਹ ਲੈਪਟਾਪ ਖਰੀਦੇ ਗਏ ਸੀਗੇ, ਜਿਹੜੇ ਸ਼ਾਮੀ ਬਾਜ਼ਾਰਾਂ ਦੇ ਵਿੱਚ 1000-1000 ਰੁਪਏ ਦੇ ਵਿੱਚ ਵਿਕ ਗਏ। ਅਤੇ ਫਿਰ ਇੱਕ ਸਰਕਾਰੀ ਤੋੜਾ ਵੀ ਲੱਭਿਆ ਗਿਆ ਕਿ ਕਿਉਂ ਨਾ ਪਿਓ ਪੁੱਤਰ ਦੀ ਫੋਟੋ ਲਗਾਈ ਜਾਏ, ਉਹ ਸਟਿੱਕਰ ਸੀ ਸਟਿੱਕਰ ਵੀ ਹਟਾ ਦਿੱਤੇ ਗਏ। ਫਿਰ ਕਿਸੇ ਨੇ ਸਲਾਹ ਦਿੱਤੀ ਜੀ ਸਟਿੱਕਰ ਨਹੀਂ, ਤੁਸੀਂ ਇਹਨਾਂ ਦੇ ਕੰਪਿਊਟਰ ਦੇ ਲੈਪਟਾਪ ਦੇ ਸੋਫਟਵੇਅਰ ਵਿੱਚ ਹੀ ਫੋਟੋ ਪਾ ਦਿਉ। ਬਾਅਦ ਵਿੱਚ ਉਹਦਾ ਵੀ ਤੋੜ ਨਿਕਲ ਗਿਆ, 250-250 ਰੁਪਏ ਦੇ ਕੇ ਉਹ ਜਿਹੜਾ ਸੋਫਟਵੇਅਰ ਦੇ ਵਿੱਚ ਮੁਲਾਇਮ ਸਿੰਘ ਯਾਦਵ ਔਰ ਅਖਿਲੇਸ਼ ਯਾਦਵ ਦੀ ਫੋਟੋ ਆਉਂਦੀ ਸੀ ਉਹ ਵੀ ਹਟਾਉਣ ਦਾ ਇੰਤਜ਼ਾਮ ਬੱਚਿਆਂ ਨੇ ਕਰ ਲਿਆ। ਜਿਹੜੇ ਬੱਚੇ ਸੀ ਲੈਪਟਾਪ ਲੈ ਕੇ ਬਾਜ਼ਾਰਾਂ ਵਿੱਚ ਘੁੰਮਦੇ ਰਹੇ ਕਿ ਭਾਜੀ ਇਹਦੇ 'ਚ ਸਪੀਕਰ ਕਿੱਦਾਂ ਲੱਗਣਗੇ, ਅਸੀਂ ਗਾਣੇ ਕਿੱਦਾਂ ਸੁਣ ਸਕਦੇ ਹਾਂ, ਅਸੀਂ ਇਹਦੇ 'ਚ ਫਿਲਮ ਕਿਸ ਤਰ੍ਹਾਂ ਦੇਖ ਸਕਦੇ ਹਾਂ, ਔਰ ਕਈ ਲੈਪਟਾਪ 'ਤੇ ਬੱਚਿਆਂ ਨੇ ਮਜਬੂਰੀ ਵਿੱਚ ਵੀ ਵੇਚੇ ਕਿਉਂਕਿ ਅਖਿਲੇਸ਼ ਯਾਦਵ ਨੇ ਉਹਨਾਂ ਬੱਚਿਆਂ ਨੂੰ ਲੈਪਟਾਪ ਦੇ ਦਿੱਤੇ ਸੀ ਜਿਨ੍ਹਾਂ ਦੇ ਪਿੰਡਾਂ ਦੇ ਵਿੱਚ ਬਿਜਲੀ ਵੀ ਨਹੀਂ ਸੀ, ਜਿਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਲੈਪਟਾਪ ਅਸੀਂ ਲੈ ਤਾਂ ਲਿਆ, ਚਲਾਵਾਂਗੇ ਕਿਸ ਤਰ੍ਹਾਂ, ਇਹਨੂੰ ਚਾਰਜ ਕਿਸ ਤਰ੍ਹਾਂ ਕਰਾਂਗੇ, ਇਹਦਾ ਇੰਟਰਨੈਟ ਕਨੈਕਸ਼ਨ ਕਿੱਥੋਂ ਮਿਲੇਗਾ। ਇਸ ਬਾਰੇ ਕੋਈ ਧਿਆਨ ਨਹੀਂ ਦਿੱਤਾ, ਸਰਕਾਰ ਨੇ ਲੈਪਟਾਪ ਵੰਡ ਦਿੱਤੇ, ਪਿੰਡਾਂ ਦੇ ਵਿੱਚ ਬਿਜਲੀ ਨਹੀਂ ਪਹੁੰਚਾਈ। ਅਤੇ ਇਹ ਤੁਸੀਂ ਸਮਝ ਸਕਦੇ ਹੋ ਕਿ ਸਿਆਸੀ ਪਾਰਟੀਆਂ ਜਿਹੜੀਆਂ ਨੇ, ਜਿਹੜੀ ਸਿਆਸਤ ਦੇ ਵਿੱਚ ਆ ਜਾਂਦੀਆਂ ਨੇ, ਸਰਕਾਰ ਦੀ ਚਾਬੀ ਜਿਨ੍ਹਾਂ ਦੇ ਹੱਥ ਵਿੱਚ ਆ ਜਾਂਦੀਆਂ ਨੇ, ਉਹ ਕਿੱਦਾਂ ਪੱਥਰ ਦਿਲ ਹੋ ਕੇ, ਕਿੱਦਾਂ ਇੱਕ ਕਠੋਰ ਦਿਲ ਹੋ ਕੇ ਪੈਸਾ ਖਰਚ ਕਰਦੀਆਂ, ਨਿਰਦਈ ਹੋ ਕੇ ਪੈਸਾ ਖਰਚ ਕਰਦੀਆਂ, ਕਿਉਂਕਿ ਉਹਨਾਂ ਨੇ ਵਾਅਦਾ ਪੂਰਾ ਕੀਤਾ ਹੋਇਆ ਸੀਗਾ। ਕਿਆ 2800 ਕਰੋੜ ਰੁਪਏ ਦੇ ਸਕੂਲ ਨਹੀਂ ਬਣ ਸਕਦੇ ਸੀ, ਕਿਆ ਹਸਪਤਾਲ ਨਹੀਂ ਬਣ ਸਕਦੇ ਸੀ? ਇਹ ਉਸ ਉੱਤਰ ਪ੍ਰਦੇਸ਼ ਦਾ ਹਾਲ ਹੈ ਜਿੱਥੇ 59% ਦੀ ਆਬਾਦੀ ਜਿਹੜੀ ਹੈ ਉਹ ਬਿਲੋ ਪਾਵਰਟੀ ਲਾਈਨ ਹੈ, ਜਿੱਥੇ ਲਿਟਰੇਸੀ ਰੇਟ ਇੰਨਾ ਘੱਟ ਹੈ। ਇਹ ਵਾਅਦਾ ਤੁਸੀਂ ਹੁਣ ਇੱਥੋਂ ਸਮਝ ਕੇ ਚੱਲੋ ਕਿ ਸਾਡੀ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹ ਕਿੱਦਾਂ ਮਜਬੂਰ ਹੋ ਕੇ ਕੰਮ ਕਰਦੀਆਂ ਨੇ। ਸ਼ਾਇਦ ਇਹੋ ਮਜਬੂਰੀ ਹੁਣ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਸਾਹਮਣੇ ਵੀ ਹੈ, ਕਿਉਂਕਿ 50 ਲੱਖ ਸਮਾਰਟਫੋਨ ਦੇਣ ਦਾ ਵਾਅਦਾ ਕੀਤਾ ਸੀ, ਉਹ ਹੁਣ 50 ਦੇ 50 ਲੱਖ ਤਾਂ ਇਕੱਠੇ ਦਿੱਤੇ ਨਹੀਂ ਜਾਣੇ, 10 ਕਰੋੜ ਦੇ ਵਿੱਚ ਤੁਸੀਂ ਹਿਸਾਬ ਲਗਾ ਲਓ ਕਿੰਨੇ ਕੁ ਫੋਨ ਆਉਣਗੇ। ਉਹ ਪਹਿਲੀ ਕਿਸ਼ਤ ਦੇ ਵਿੱਚ ਫੋਨ ਦੇਣਗੇ, ਨੈਕਸਟ ਜਿਹੜੀ ਇੰਸਟਾਲਮੈਂਟ ਹੋਏਗੀ, ਨੈਕਸਟ ਬੱਚਿਆਂ ਦਾ ਨੰਬਰ ਕਦੋਂ ਆਏਗਾ, ਇਹ ਬਾਅਦ 'ਚ ਹੀ ਪਤਾ ਲੱਗੇਗਾ। ਲੇਕਿਨ ਇਸ ਚੀਜ਼ ਦੀ ਕੀ ਗਰੰਟੀ ਹੈ ਕਿ ਜਿਹੜੇ ਇਹ ਸਮਾਰਟਫੋਨ ਪੰਜਾਬ ਦੇ ਵਿੱਚ ਦਿੱਤੇ ਜਾਣਗੇ, ਇਹ ਉਸੇ ਦਿਨ ਸ਼ਾਮ ਨੂੰ ਬਾਜ਼ਾਰ 'ਚ 200-200 ਜਾਂ 500-500 ਰੁਪਏ ਦੇ ਕਿਉਂ ਨਹੀਂ ਵਿਕ ਜਾਣਗੇ? ਕਿਉਂਕਿ ਤੁਸੀਂ ਸਮਝ ਸਕਦੇ ਹੋ ਪੰਜਾਬ ਦੇ ਵਿੱਚ ਜਿਹੜੇ ਸਾਡੇ ਨੌਜਵਾਨ ਨੇ, ਮੁੰਡੇ ਖੁੰਡੇ ਨੇ, ਉਹ ਬਿਨਾਂ ਮੋਬਾਈਲਾਂ ਦੇ ਤਾਂ ਰਹਿ ਨਹੀਂ ਰਹੇ ਹੋਣਗੇ, ਉਹਨਾਂ ਦੇ ਕੋਲ ਬਿਹਤਰ ਮੋਬਾਈਲ ਅੱਜ ਦੀ ਰੇਟ 'ਚ ਹੋਣਗੇ। ਨੌਕਰੀ ਭਾਵੇਂ ਨਾ ਹੋਏ, ਰੋਜ਼ਗਾਰ ਨਾ ਹੋਏ, ਮੋਬਾਈਲ ਉਹਨਾਂ ਦੇ ਕੋਲ ਜ਼ਰੂਰ ਹੋਏਗਾ। ਲੇਕਿਨ ਸਰਕਾਰ ਉਹਨਾਂ ਨੂੰ ਇੱਕ ਹੋਰ ਮੋਬਾਈਲ ਦੇਣ ਜਾ ਰਹੀ ਕਿ ਲੈ ਲਓ, ਭਾਵੇਂ 1/2 ਘੰਟੇ ਜਾ ਕੇ ਬਾਜ਼ਾਰ 'ਚ ਵੇਚ ਦੇਣਾ, ਪਰ ਸਾਡੇ ਕੋਲੋਂ ਲੈ ਲਓ, ਸਾਡਾ ਵਾਅਦਾ ਪੂਰਾ ਹੋਇਆ। ਇਹ ਹੁਣ ਜਿਹੜੀ ਸਿਆਸੀ ਮਜਬੂਰੀਆਂ ਹੈ, ਸਮਾਰਟਫੋਨ ਦਾ ਵੋਟ ਬੈਂਕ ਹੈ, ਔਰ ਇਹਦੀ ਕੀ ਇੰਪੈਕਟ ਪਏਗਾ, ਤੁਸੀਂ ਸਾਡੇ ਜੋ ਸੂਝਵਾਨ ਦਰਸ਼ਕ ਹੋ, ਇਸ ਪੂਰੀ ਸਿਆਸੀ ਮਜਬੂਰੀਆਂ ਜਿਹੜੀਆਂ ਹੁੰਦੀਆਂ ਪੋਲੀਟੀਕਲ ਪਾਰਟੀਆਂ ਦੀਆਂ, ਉਹਨਾਂ ਬਾਰੇ ਕੀ ਸੋਚਦੇ ਹੋ, ਇਸ ਬਾਰੇ ਗੱਲ ਕਰਾਂਗੇ ਇਸ ਛੋਟੇ ਜਿਹੇ ਬ੍ਰੇਕ ਤੋਂ ਬਾਅਦ।